ਚੁਣ ਗਿਆ। ਇਹ ਜਿਹੜੀ ਬਿਮਾਰੀ ਹੈ ਇਹ ਸਾਰੀ ਦੁਨੀਆ 'ਚ ਜੈਸੇ ਤੁਹਾਨੂੰ ਪਤਾ ਫੈਲੀ ਹੋਈ ਹੈ, ਹੁਣ ਇੱਥੇ ਆਪਣਾ ਪੈਰ ਇੱਥੇ ਵੀ ਪੰਜਾਬ 'ਚ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੈਸੇ ਅੱਜ ਇੱਥੇ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ, ਉਹਦਾ ਕਾਰਨ ਕੀ ਹੈ? ਕਾਰਨ ਸਿਰਫ ਇਹ ਕਿ ਫੈਲਣ ਤੋਂ ਆਪਾਂ ਬਚਾਈਏ। ਲੋਕ ਜਦ ਨਹੀਂ ਮਿਲਣਗੇ ਇੱਕ ਦੂਜੇ ਨੂੰ ਤਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਜਦ ਮਿਲਦੇ ਹੋ ਕਿ ਕਿਹਦੇ ਬਿਮਾਰੀ ਲੱਗੀ ਹੈ, ਕਿਹਨੂੰ ਨਹੀਂ ਬਿਮਾਰੀ ਲੱਗੀ, ਕਿੰਨੇ ਲੋਕ ਸਾਡੇ ਵਿਦੇਸ਼ਾਂ ਤੋਂ ਆਏ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਇਹ ਬਿਮਾਰੀ ਫੈਲੀ ਹੈ, ਉੱਥੋਂ ਲੈ ਕੇ ਹੀ ਆਉਂਦੇ ਨੇ। ਇਸ ਕਰਕੇ ਔਖੀ ਘੜੀ ਦੇ ਵਿੱਚੋਂ ਤੁਸੀਂ ਲੰਘ ਰਹੇ ਹੋ, ਸਾਰੇ ਆਪਾਂ ਲੰਘ ਰਹੇ ਹਾਂ, ਲੇਕਿਨ ਇਹ ਜ਼ਰੂਰੀ ਸੀ ਆਪਣੇ ਪੰਜਾਬ ਨੂੰ ਇਸ ਔਖੀ ਘੜੀ 'ਚੋਂ ਬਚਾਉਣ ਵਾਸਤੇ। ਦੇਖੋ ਸਾਡਾ ਪੰਜਾਬ ਜਦੋਂ ਵੀ ਦੇਸ਼ ਨੂੰ ਲੋੜ ਪਈ ਹੈ, ਔਰ ਸਾਡੇ ਪੰਜਾਬੀਆਂ 'ਚ ਹਿੰਮਤ ਇੰਨੀ ਹੈ ਕਿ ਤੁਸੀਂ ਦੇਖੋ ਜਿੱਥੇ ਵੀ ਜੰਗ ਹੋਏ ਨੇ ਸਾਡੇ ਪੰਜਾਬੀ ਪਹਿਲਾਂ ਉੱਥੇ ਪਹੁੰਚਦੇ ਨੇ, ਪੰਜਾਬ ਦੀਆਂ ਪਲਟਣਾਂ ਉੱਥੇ ਪਹੁੰਚਦੀਆਂ ਨੇ। ਇਹ ਇੱਕ ਕਿਸਮ ਦਾ ਜੰਗ ਹੈ, ਔਰ ਜੈਸੇ ਤੁਸੀਂ ਔਰ ਸਾਡੇ ਬਜ਼ੁਰਗਾਂ ਨੇ ਉਸ ਜੰਗ ਦੇ ਸਾਹਮਣੇ ਕੀਤੇ ਨੇ, ਹੁਣ ਆਪਣਾ ਆਪਣੀ ਵਾਰੀ ਆ ਗਈ ਕਿ ਆਪਣੇ ਪੰਜਾਬ ਨੂੰ ਬਚਾਉਣ ਲਈ ਔਰ ਆਪਣੇ ਦੇਸ਼ ਨੂੰ ਬਚਾਉਣ ਲਈ ਆਪਾਂ ਇਹ ਕਦਮ ਚੁੱਕੀਏ। ਕਈ ਚੀਜ਼ਾਂ ਅਸੀਂ ਕੀਤੀਆਂ ਨੇ ਜਿਹੜੀ ਤੁਹਾਡੀ ਮਦਦ ਵਾਸਤੇ ਨੇ, ਲੇਕਿਨ ਕਈ ਚੀਜ਼ਾਂ ਇਹ ਵੀ ਨੇ ਜਦੋਂ ਤੁਸੀਂ ਜੇ ਬੈਠੇ ਹੋ ਘਰਾਂ 'ਚ, ਤੁਹਾਨੂੰ ਰਾਸ਼ਨ ਨਹੀਂ ਮਿਲਦਾ, ਤੁਹਾਨੂੰ ਦੁੱਧ ਨਹੀਂ ਆਇਆ, ਫਲਾਣਾ ਨਹੀਂ ਆਇਆ। ਇੱਕ ਦੋ ਦਿਨ ਤੋਂ ਇਹ ਚੱਲ ਰਿਹਾ ਜਦ ਤੋਂ ਕਰਫਿਊ ਚੱਲੀ ਹੈ, ਅਸੀਂ ਹੁਣ ਦਿਨ ਪਰ ਦਿਨ ਇਹਨੂੰ ਠੀਕ ਕਰ ਰਹੇ ਹਾਂ, ਔਰ ਕੱਲ੍ਹ ਤੱਕ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਬਿਲਕੁਲ ਜੋ ਤੁਹਾਨੂੰ ਦੁੱਧ ਚਾਹੀਦਾ ਹੈ, ਜੋ ਰਾਸ਼ਨ ਚਾਹੀਦੇ ਨੇ, ਜੋ ਸਭ ਕੁਝ ਸਬਜ਼ੀਆਂ ਵਗੈਰਾ ਚਾਹੀਦੀਆਂ ਨੇ, ਉਹ ਤੁਹਾਨੂੰ ਮਿਲਣ ਲੱਗ ਜਾਣਗੀਆਂ। ਸਪਲਾਈ ਟੇਨ ਇੱਕ ਕਿਸਮ ਦੀ ਟੁੱਟ ਗਈ ਸੀ। ਜਦੋਂ ਕੋਈ ਰੇਹੜੀ ਵਾਲਾ ਆਉਂਦਾ ਜਾਂ ਕੋਈ ਦੁਕਾਨਦਾਰ ਵਾਲਾ ਕੁਛ ਚੀਜ਼ ਵੇਚਦਾ, ਅੰਤ ਵਿੱਚ ਆਉਂਦਾ ਤਾਂ ਕਿਤੋਂ ਹੋਰ ਹੋਇਆ, ਔਰ ਉਹ ਜਿਹੜੀ ਲਾਈਨ ਸੀ, ਜਿਹੜੀ ਪਿਛਲੀ ਲਾਈਨ ਜਿਹੜੀ ਸਬਜ਼ੀ ਲਿਆਉਂਦੀ ਸੀ, ਉਹ ਟੁੱਟ ਗਈ ਸੀ, ਉਹ ਚਾਲੂ ਹੋ ਗਈ ਹੈ, ਔਰ ਹੁਣ ਦੁਕਾਨਾਂ ਔਰ ਰੇਹੜੀਆਂ ਦੇ ਵਿੱਚ ਸਭ ਕੁਛ ਆ ਜੂ ਔਰ ਤੁਹਾਡੇ ਕੋਲ ਪਹੁੰਚਣ ਲੱਗ ਜੂ। ਦੁੱਧ ਦੇ ਵੀ ਇੱਕ ਦੋ ਜਗ੍ਹਾ 'ਚ ਘੱਟ ਰਹੀ, ਉਹ ਵੀ ਅਸੀਂ ਪੂਰੀ ਕਰ ਦਿੱਤੀ ਹੈ, ਕੱਲ੍ਹ ਤੋਂ ਇਹ ਵੀ ਤੁਹਾਨੂੰ ਨਹੀਂ ਹੋਣਾ। ਸੋ ਇਹ ਤਾਂ ਸਾਡੇ ਵੱਲੋਂ ਚੀਜ਼ਾਂ ਨੇ ਜਿਹੜੀਆਂ ਅਸੀਂ ਕੀਤੀਆਂ ਨੇ। ਕੁਛ ਜਿਹੜੇ ਬਹੁਤ ਗਰੀਬ ਲੋਕ ਨੇ ਸਾਡੇ ਪੰਜਾਬ 'ਚ, ਜਿਹੜੇ ਤਾਂ ਰਜਿਸਟਰਡ ਲੇਬਰ ਹੈ, ਉਹ ਲੇਬਰ ਤਾਂ ਉਹਨਾਂ ਨੂੰ ਤਨਖਾਹ ਕੁਛ ਅਸੀਂ ਆਪਾਂ ਕੁਛ ਪੈਸੇ ਦੇ ਰਹੇ ਹਾਂ, ਜੈਸੇ ਕੰਸਟਰਕਸ਼ਨ ਵਰਕਰਸ ਨੇ, ਉਹਨਾਂ ਨੂੰ 3,000 ਰੁਪਏ ਅਸੀਂ ਦੇ ਚੁੱਕੇ ਹਾਂ, 3,000 ਰੁਪਏ 1 April ਉਹਨਾਂ ਨੂੰ ਪਹੁੰਚੂਗਾ ਤਾਂ ਕਿ ਉਹ ਕੰਮ ਚਲਾਉਣ। ਲੇਕਿਨ ਕੁਛ ਇਹੋ ਜਿਹੇ ਅਨਰਜਿਸਟਰਡ ਵਰਕਰ ਨੇ, ਕੋਈ ਉੜੀਸਾ ਤੋਂ ਆਉਂਦਾ ਹੈ, ਕੋਈ ਬਿਹਾਰ ਤੋਂ ਆਉਂਦਾ ਹੈ, ਕੋਈ ਝਾਰਖੰਡੋਂ ਆਉਂਦਾ ਹੈ, ਔਰ ਉਹਨਾਂ ਕੋਲ ਕਿਸੇ ਨੂੰ ਸਾਡੇ ਕੋਲ ਰਿਕਾਰਡ ਵੀ ਨਹੀਂ ਕਿ ਕੌਣ ਕੌਣ ਨੇ। ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦੇ ਹਾਂ, ਅਗਰ ਤੁਸੀਂ ਮੇਰੀ ਇਹ ਸੁਣ ਰਹੇ ਹੋ ਗੱਲਾਂ, ਅਸੀਂ ਫੂਡ ਦੇ ਖਾਣੇ ਦੇ ਰਾਸ਼ਨ ਦੇ ਪੈਕਟ ਬਣਾ ਰਹੇ ਹਾਂ, ਉਹਦੇ 'ਚ 10 ਕਿਲੋ ਤੁਹਾਡੇ ਕੋਲ ਹੋਏਗਾ ਆਟਾ, 2 ਕਿਲੋ ਦਾਲ ਔਰ 2 ਕਿਲੋ ਚੀਨੀ ਦੇ ਇਹ ਪੈਕਟ ਹੋਣਗੇ, ਉਹ ਤੁਹਾਨੂੰ ਦਿੱਤੇ ਜਾਣਗੇ, ਜੋ ਤੁਸੀਂ ਆਪਣੀ ਰੋਟੀ ਤੁਸੀਂ ਖਵਾਓ ਔਰ ਆਪਣੇ ਬੱਚਿਆਂ ਨੂੰ ਖਵਾਓ। ਇਹਦੇ 'ਚ ਕੋਈ ਘਾਟ ਨਹੀਂ, ਅਸੀਂ ਕੋਈ ਹੁੰਦੇ ਨਹੀਂ। ਅਗਰ 10 ਲੱਖ ਮੁੱਕ ਜਾਣ ਅਸੀਂ ਹੋਰ ਕਰਾਂਗੇ, ਲੇਕਿਨ ਇਹ ਪੰਜਾਬ ਤਾਂ ਦੇਸ਼ ਨੂੰ ਅੰਨ ਖਵਾਉਂਦਾ ਹੈ, ਆਪਣੇ ਬੰਦਿਆਂ ਨੂੰ ਖਵਾਉਣਾ ਤਾਂ ਸਾਡੀ ਡਿਊਟੀ ਬਣਦੀ ਹੈ, ਔਰ ਇਹ ਅਸੀਂ ਕਦੇ ਵੀ ਤੁਹਾਨੂੰ ਭੁੱਖੇ ਨਹੀਂ ਅਸੀਂ ਆਪਣੇ ਪੰਜਾਬ ਦੇ ਵਿੱਚ ਰਹਿਣ ਦੇਣਾ। ਇਹ ਜਿਹੜੇ 10 ਲੱਖ ਸਾਡੇ ਪੈਕਟ ਨੇ, ਇਹ 10 ਲੱਖ ਪਰਿਵਾਰਾਂ ਵਾਸਤੇ ਅਸੀਂ ਇਹ ਖਾਣਾ ਭੇਜਾਂਗੇ, ਔਰ ਸਾਡੇ ਬੰਦੇ ਜਾਣਗੇ ਔਰ ਤੁਹਾਨੂੰ ਦੇ ਕੇ ਆਉਣਗੇ ਜਿੱਥੇ ਵੀ ਤੁਸੀਂ ਵੱਸਦੇ ਹੋ। ਅਗਰ ਕੋਈ ਨਹੀਂ ਪਹੁੰਚਦਾ ਤਾਂ ਤੁਸੀਂ ਡਿਪਟੀ ਕਮਿਸ਼ਨਰ ਕੋਲ ਜ਼ਰੂਰ ਪਹੁੰਚਣਾ। ਅਸੀਂ ਤੁਹਾਡੇ ਵਾਸਤੇ, ਕਿਸੇ ਨੂੰ ਕੋਈ ਲੋੜ ਪਵੇ, ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ, ਕਿਸੇ ਨੂੰ ਕੋਈ ਤੁਸੀਂ ਕੋਈ ਚੀਜ਼ ਦਾ ਪਤਾ ਕਰਨਾ ਹੈ ਤਾਂ ਅਸੀਂ 2 ਹੈਲਪਲਾਈਨਾਂ ਲਗਾਈਆਂ ਨੇ। ਇੱਕ ਤਾਂ 104 ਨੰਬਰ ਜਿਹੜੀ ਹੋਏਗੀ ਸਵਾਸਥ ਵਾਸਤੇ, ਆਪਣੇ ਹੈਲਥ ਵਾਸਤੇ, ਔਰ ਇੱਕ 112 ਜਿਹੜੀ ਹੋਏਗੀ ਜਨਰਲ ਕੰਮ ਵਾਸਤੇ। ਨਾ ਮੈਨੂੰ ਪਤਾ ਅੱਜ ਕਈ ਵਾਰ ਤੁਸੀਂ ਟੈਲੀਫੋਨ ਕੀਤਾ ਲੇਕਿਨ ਲਾਈਨਾਂ ਜੈਮਡ ਸੀਆਂ, ਇਸ ਲਈ ਅਸੀਂ ਨਵੀਆਂ ਲਾਈਨਾਂ, ਇਹੀ ਨੰਬਰ ਹੋਏਗਾ ਲੇਕਿਨ ਨਵੀਆਂ ਲਾਈਨਾਂ ਜੋੜ ਰਹੇ ਹਾਂ। ਸੋ ਇਹ ਨਾ ਘਬਰਾਓ ਕਿ ਲਾਈਨ ਜੈਮ ਸੀ, ਸਾਡੀ ਗੱਲ ਨਹੀਂ ਹੋਈ, ਉਹ ਕਾਰਨ ਇਹ ਸੀ ਕਿ ਬਾਹਲੇ ਲੋਕਾਂ ਨੇ ਟੈਲੀਫੋਨ ਕਰਤਾ ਔਰ ਸਾਡੇ ਲਾਈਨ ਸਾਰੇ ਜੈਮ ਹੋ ਗਏ। ਅੱਜ ਸਵੇਰੇ ਅਖਬਾਰ 'ਚ ਮੈਂ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਿਆ ਕਿ ਕੋਈ ਕਿਸਾਨ ਇੱਕ ਆਪਣੀ ਸਬਜ਼ੀ ਦੀ ਫਸਲ ਉਭਾਰ ਰਿਹਾ ਸੀ ਵਿੱਚ। ਇਹ ਬਿਲਕੁਲ ਨਾ ਕਰੋ, ਇਹ ਤੁਹਾਡੇ 'ਚ ਇਹੋ ਜਿਹੀ ਗੱਲ ਨਹੀਂ ਕਦੇ ਸੀ ਹੋਣ ਦੇਣੀ ਕਿ ਸਾਡੀ ਫਸਲਾਂ ਜਿਹੜੀਆਂ ਤਿਆਰ ਨੇ ਤੁਸੀਂ ਵਾਹ ਦਿਓ। ਤੁਸੀਂ ਆਪਣੀਆਂ ਫਸਲਾਂ ਵੱਢੋ, ਤੁਹਾਨੂੰ ਕੋਈ ਨਹੀਂ ਰੋਕੇਗਾ। ਪੁਲਿਸ ਨੂੰ ਹਦਾਇਤ ਹੋ ਗਈ ਹੈ ਕਿ ਜੋ ਸਬਜ਼ੀ ਲੈ ਕੇ ਆਵੇ ਉਹ ਆਪਣੇ ਮੰਡੀਆਂ ਦੇ ਵਿੱਚ ਆਪਣੇ ਜਾ ਕੇ ਆਪਣੇ ਲੋਕਾਂ ਦੇ ਕੋਲ ਇਹ ਪਹੁੰਚਾ ਸਕੇ, ਜਿੱਥੇ ਵੀ ਸਾਡੀ ਮੰਡੀ ਦੇ ਵਿੱਚ ਤੁਸੀਂ ਵੇਚਦੇ ਹੋ, ਮੰਡੀ 'ਚ ਹੋਵੇ ਜਾਂ ਦੁਕਾਨਾਂ ਨੂੰ ਹੋਵੇ, ਇਹ ਤੁਹਾਡੇ ਕੋਲ ਸਾਰਾ ਪ੍ਰਬੰਧ ਅਸੀਂ ਕਰ ਰਹੇ ਹਾਂ। ਇੱਕ ਤਾਂ ਇਹ, ਦੂਸਰਾ ਹੁਣ ਆਲੂ ਦੀ ਫਸਲ ਨਿਕਲ ਰਹੀ ਹੈ, ਉਹ ਆਲੂ ਦੀ ਫਸਲ ਵਾਸਤੇ ਵੀ ਅਸੀਂ ਪੂਰੀ ਇਜਾਜ਼ਤ ਦਿੱਤੀ ਹੈ ਕਿ ਜਿਹਨੇ ਕੱਢਣੀਆਂ ਕੱਢੋ ਔਰ ਕੋਲਡ ਸਟੋਰੇਜਾਂ ਤੱਕ ਤੁਸੀਂ ਪਹੁੰਚਾ ਸਕਦੇ ਹੋ ਜਾਂ ਜਿੱਥੇ ਤੁਸੀਂ ਭੇਜਣਾ ਚਾਹੋ। ਔਰ ਤੀਸਰੀ ਹੈ ਸਾਡੀ ਕਣਕ ਦੀ ਫਸਲ। ਇਹ ਜੈਸੇ ਤੁਹਾਨੂੰ ਪਤਾ ਹੈ ਪ੍ਰਧਾਨ ਮੰਤਰੀ ਜੀ ਨੇ 21 ਦਿਨ ਦੀ ਲੋਕਡਾਊਨ ਦੱਸੀ ਹੈ,
ਉਹ ਵਿਸਾਖੀ ਨੂੰ ਮੁੱਕ ਜੂਗੀ 13 ਅਪ੍ਰੈਲ ਨੂੰ, ਔਰ ਉਸ ਤੋਂ ਬਾਅਦ ਤੁਸੀਂ ਆਪਣੀ ਪਾਰਟੀ ਸ਼ੁਰੂ ਕਰੋ ਔਰ ਅਸੀਂ ਤੁਹਾਡੀ ਉਹ ਜੈਸੇ ਪਹਿਲਾਂ ਦਾ ਪ੍ਰਬੰਧ ਸੀ ਉਹੀ ਪ੍ਰਬੰਧ ਹੋਏਗਾ ਚੱਕਣ ਦਾ, ਲੇਕਿਨ ਸ਼ੁਰੂ 'ਚ ਕਿਉਂਕਿ ਰਸ਼ ਹੋਏਗਾ ਤੁਸੀਂ ਆਪਣੇ ਕੋਲ ਹੀ ਥੋੜ੍ਹੇ ਦਿਨ ਮਾਂ ਵਾਸਤੇ ਸਟੋਰ ਕਰਕੇ ਰੱਖੋ, ਤਰਪਾਲਾਂ ਲਓ, ਉਹਨੂੰ ਅਸੀਂ ਤਰਪਾਲ ਤੁਹਾਡੀ ਮਦਦ ਕਰਾਂਗੇ ਲੈਣ ਦੀ, ਔਰ ਤੁਸੀਂ ਉਹਨੂੰ ਆਪਣੇ ਢੱਕ ਕੇ ਚੰਗੀ ਤਰ੍ਹਾਂ ਬਚਾ ਕੇ ਰੱਖੋ ਮੰਡੀ ਭੇਜਣ ਤੋਂ ਪਹਿਲਾਂ। ਔਰ ਇੱਕ ਗੱਲ ਯਾਦ ਰੱਖੋ, ਇਹ ਜਿਹੜਾ ਸੂਬਾ ਹੈ ਸਾਡਾ, ਇਹ ਦੇਸ਼ ਨੂੰ ਅੰਨ ਖਵਾਉਂਦਾ ਹੈ, ਔਰ ਤੁਸੀਂ ਉਹ ਆਪਣੀ ਮਿਹਨਤ ਨਾਲ ਜੋ ਪੈਦਾ ਕਰਦੇ ਹੋ ਉਸ ਅੰਨ ਨੂੰ, ਤੁਹਾਡਾ ਦਾਣਾ ਦਾਣਾ ਅਸੀਂ ਉਠਾਵਾਂਗੇ। ਕਰਫਿਊ ਜਦੋਂ ਲੱਗਦਾ ਹੈ ਕਿਤੇ ਵੀ ਕਿਸੇ ਵੀ ਮੁਲਕ 'ਚ, ਕਰਫਿਊ ਦਾ ਮਤਲਬ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਚਿੜੀ ਵੀ ਨਹੀਂ ਖਿਸਕ ਸਕਦੀ, ਇਸ ਕਿਸਮ ਦਾ ਇਹ ਕਾਨੂੰਨ ਹੁੰਦਾ, ਔਰ ਇਹ ਜੰਗਾਂ ਦੇ ਵਿੱਚ ਲੱਗਦਾ ਹੁੰਦਾ ਹੈ ਔਰ ਕਈ ਮੁਲਕਾਂ ਦੇ ਵਿੱਚ ਲੱਗਿਆ, ਹੁਣ ਵੀ ਮੇਰਾ ਖਿਆਲ ਕਈ ਮੁਲਕਾਂ 'ਚ ਕਰੋਨਾ ਕਰਕੇ ਲੱਗ ਰਿਹਾ, ਸਾਡੇ ਸਾਰੇ ਕਈ ਸੂਬਿਆਂ ਦੇ ਵਿੱਚ ਵੀ ਲੱਗ ਰਿਹਾ, ਔਰ ਸਖਤੀ ਬਹੁਤ ਕੀਤੀ ਜਾ ਰਹੀ ਹੈ। ਨਵੇਂ ਸਖਤੀ ਦੇ ਦੌਰਾਨ ਇਹ ਪਹਿਲਾ ਦਿਨ ਸੀ, ਕੁਛ ਪੁਲਿਸ ਵੱਲੋਂ ਸਾਡੀ ਵਧੀਕੀਆਂ ਜਿਹੜੀਆਂ ਹੋ ਗਈਆਂ ਨੇ ਉਹ ਅਸੀਂ ਦੇਖਾਂਗੇ ਕਿ ਇਹ ਗੱਲਾਂ ਨਹੀਂ ਹੁੰਦੀਆਂ, ਲੇਕਿਨ ਤੁਸੀਂ ਵੀ ਸਾਥ ਦਿਓ। ਇਹ ਅਗਰ ਤੁਸੀਂ ਕਰਫਿਊ ਤੋੜੋਗੇ ਤਾਂ ਅਸੀਂ ਆਪਣੇ ਪੰਜਾਬ ਦਾ ਨੁਕਸਾਨ ਕਰਾਵਾਂਗੇ, ਤਾਂ ਤੁਸੀਂ ਵੀ ਇਹ ਸਾਥ ਦਿਓ, ਬਾਹਰ ਨਾ ਨਿਕਲੋ ਜੋ ਤੁਹਾਨੂੰ ਦੱਸਿਆ ਗਿਆ, ਅੰਦਰ ਰਹੋ ਆਪਣੇ ਘਰਾਂ 'ਚ, ਔਰ ਉਹ ਸਾਰਾ ਜੋ ਤੁਹਾਨੂੰ ਦੱਸਿਆ ਹੱਥ ਧੋ ਵਗੈਰਾ ਤੁਸੀਂ ਕਰੋ, ਔਰ ਉੱਥੇ ਹੀ ਰਹੋ, ਉੱਥੇ ਤੁਹਾਡਾ ਅੰਨ ਪਾਣੀ ਪਹੁੰਚਣਾ ਹੈ, ਤੁਸੀਂ ਉੱਥੇ ਹੀ ਆਪਣੀ ਸਭ ਕੁਛ ਕਰਨਾ ਜੋ ਘਰ ਦੇ ਵਿੱਚ ਹੀ, ਉੱਥੇ ਹੀ ਰਹਿ ਕੇ ਤੁਸੀਂ ਕਰੋ, ਬਾਹਰ ਨਿਕਲਣ ਦੀ ਨਾ ਕੋਸ਼ਿਸ਼ ਕਰੋ। ਜਦੋਂ ਨਿਕਲਦੇ ਹੋ ਦੇਖੋ, ਸਾਡੇ 81,000 ਦੀ ਪੁਲਿਸ ਫੋਰਸ ਹੈ, ਉਹਦੇ ਵਿੱਚੋਂ 38,000 ਸਾਡੇ ਜਵਾਨ ਅੱਜ ਇਸ ਕਰਫਿਊ ਨੂੰ ਦੇਖਣ ਵਾਸਤੇ ਸਾਡੇ ਸ਼ਹਿਰਾਂ 'ਚ ਪਿੰਡਾਂ ਦੇ ਵਿੱਚ ਘੁੰਮ ਰਹੇ ਨੇ। ਕਦੇ ਕਦੇ ਜਦੋਂ ਕੋਈ ਇਹੋ ਜਿਹੀ ਗੱਲ ਦੇਖਦਾ ਤਾਂ ਕੋਈ ਬੰਦਾ ਔਖਾ ਹੋ ਕੇ ਦੇਖ ਕੇ ਕਿ ਮੇਰੇ ਕਰਫਿਊ ਤੋੜ ਰਿਹਾ, ਕੋਈ ਐਸੀ ਵਧੀਕੀਆਂ ਕਰਦਾ, ਪਰ ਅਸੀਂ ਉਹਨਾਂ ਨੂੰ ਦੱਸਿਆ ਹੋਇਆ ਇਹ ਕੰਮ ਨਹੀਂ ਅਸੀਂ ਹੋਣ ਦੇਣਾ, ਅਸੀਂ ਪਿਆਰ ਨਾਲ ਤੁਸੀਂ ਸਮਝਾਓ। ਮੈਂ ਵੀ ਅੱਜ ਉਹਨਾਂ ਕੋਲ ਜਵਾਨਾਂ ਨਾਲ ਗੱਲ ਕੀਤੀ ਹੈ ਕਿ ਪਿਆਰ ਨਾਲ ਸਮਝਾਓ ਸਾਰਿਆਂ ਨੂੰ ਔਰ ਆਪਣੇ ਘਰਾਂ 'ਚ ਵਾਪਸ ਭੇਜੋ, ਪਰ ਤੁਸੀਂ ਬਚ ਕੇ ਰਹੋ, ਆਪਣੇ ਪੰਜਾਬ ਵਾਸਤੇ ਬਚ ਕੇ ਰਹੋ। ਪੁਲਿਸ ਤਾਂ ਆਪਣੀ ਡਿਊਟੀ ਕਰ ਰਹੀ ਹੈ, ਲੇਕਿਨ ਤੁਹਾਡੀ ਡਿਊਟੀ ਹੈ ਪੰਜਾਬ ਨੂੰ ਬਚਾਉਣਾ। ਸਾਡੇ ਸਾਰੇ ਮਿਨਿਸਟਰ ਔਰ ਸਾਡੇ MLA ਸਾਹਿਬਾਨ ਮਿਨਿਸਟਰਾਂ ਨੂੰ ਅਸੀਂ ਜ਼ਿਲ੍ਹੇ ਵੰਡੇ ਹੋਏ ਨੇ ਔਰ MLA ਸਾਹਿਬਾਨ ਆਪਣੇ ਹਲਕਿਆਂ ਦੇ ਵਿੱਚੋਂ ਜਾਣਦੇ ਨੇ। ਤੁਹਾਨੂੰ ਪਤਾ ਹੈ ਕਿ ਕਦੇ ਵੀ ਤੁਹਾਨੂੰ ਕੋਈ ਕੰਮ ਦੀ ਲੋੜ ਪਈ ਹੋਵੇ ਤੁਸੀਂ ਆਪਣੇ MLA ਕੋਲ ਜਾਂਦੇ ਹੋ ਜਾਂ ਮਿਨਿਸਟਰਾਂ ਕੋਲ ਜਾਂਦੇ ਹੋ, ਉਹੀ ਵਰਤੋਂ ਤੁਸੀਂ। ਸਾਡੇ ਮਿਨਿਸਟਰ ਸਾਹਿਬਾਨਾਂ ਨੂੰ ਔਰ MLA ਸਾਹਿਬਾਨਾਂ ਨੂੰ ਅਸੀਂ ਕਿਹਾ ਹੋਇਆ ਕਿ ਆਪਣੇ ਆਪਣੇ ਇਲਾਕਿਆਂ 'ਚ ਰਹੋ ਔਰ ਲੋਕਾਂ ਨੂੰ ਕੋਈ ਜੋ ਤਕਲੀਫ ਵਗੈਰਾ ਹੈ ਤੁਸੀਂ ਸੁਣੋ ਔਰ ਜਿੱਥੇ ਤਾਈਂ ਸਾਡੇ ਕੋਲ ਪਹੁੰਚਾਓ ਇਹ ਗੱਲਾਂ, ਤਾਂ ਕਿ ਅਸੀਂ ਇਹਨਾਂ ਨੂੰ ਉਹਦੇ ਸੁਧਾਰ ਲਿਆ ਸਕੀਏ। ਜੈਸੇ ਮੈਂ ਪਹਿਲਾਂ ਕਿਹਾ ਸੀ ਕਿ ਕਈ ਚੀਜ਼ਾਂ ਦੀ ਘਾਟ ਹੋ ਗਈ ਕਿਉਂਕਿ ਸਪਲਾਈ ਲਾਈਨਾਂ ਟੁੱਟ ਗਈਆਂ ਨੇ ਔਰ ਦੁਕਾਨਾਂ ਦੇ ਵਿੱਚ ਜੋ ਸੀ ਸਮਾਨ ਉਹ ਖਤਮ ਹੋ ਗਿਆ, ਇਹ ਹੁਣ ਅੱਜ ਅਸੀਂ ਠੀਕ ਕਰ ਦਿੱਤਾ। DGP ਪੰਜਾਬ ਨਾਲ ਗੱਲ ਹੋ ਗਈ ਮੇਰੀ ਔਰ ਸਾਰੇ ਮਹਿਕਮੇ ਨਾਲ ਹੋ ਗਈ, ਕੋਈ ਟਰੱਕ ਨਹੀਂ ਰੋਕਿਆ ਜਾਏਗਾ ਜੋ ਅੰਨ ਪਾਣੀ ਲਿਆਊਗਾ ਉੱਥੋਂ ਜਾਂ ਦਵਾਈਆਂ ਲਿਆਊਗਾ ਜਾਂ ਕੋਈ ਰਾਸ਼ਨ ਲਿਆਊਗਾ, ਉਹ ਸਭ ਕੁਛ ਨੂੰ ਪੂਰੀ ਇਜਾਜ਼ਤ ਹੈ। ਇੰਟਰ ਸਟੇਟ ਦੀ ਵੀ ਇਜਾਜ਼ਤ ਹੈ ਤਾਂ ਕਿ ਜੋ ਸਮਾਨ ਆਉਂਦਾ ਦਿੱਲੀ ਹੋ ਜਾਂ ਹਰਿਆਣੇ ਤੋਂ ਉਹ ਪੰਜਾਬ ਪਹੁੰਚੇ ਔਰ ਆਪਣੇ ਦੁਕਾਨਾਂ ਦੇ ਵਿੱਚ ਜਾਏ ਜੋ ਤੁਸੀਂ ਖਰੀਦ ਸਕੋ। ਹੁਣ ਮੈਂ ਇੱਕ ਗੱਲ ਕਰਨਾ ਚਾਹੁੰਦਾ, ਸਾਡੇ ਜਿਹੜੇ NRI ਵੀਰ ਨੇ ਔਰ ਭੈਣਾਂ ਨੇ, ਤੁਸੀਂ ਸਾਰੇ ਬੈਠੇ ਹੋ ਦੁਨੀਆਂ ਦੇ ਵਿੱਚ, ਵਾਹਿਗੁਰੂ ਨੇ ਤੁਹਾਡੀ 'ਤੇ ਕਿਰਪਾ ਕੀਤੀ ਹੈ, ਤੁਸੀਂ ਆਪਣੀ ਚੰਗੀ ਆਪਣੀ ਜ਼ਿੰਦਗੀ ਉੱਥੇ ਕੱਟ ਰਹੇ ਹੋ। ਮੈਂ ਤੁਹਾਡੇ ਵਾਸਤੇ ਮੈਂ ਅੱਜ ਇੱਕ ਅਰਦਾਸ ਕਰਦਾ ਕਿ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਇਸ ਬਿਮਾਰੀ ਤੋਂ ਬਚਾ ਕੇ ਰੱਖਣ। ਤੁਸੀਂ ਆਪਣੇ ਬੱਚਿਆਂ ਨੂੰ ਬਚਾਓ, ਇੱਥੇ ਵੀ ਕੋਈ ਲੋੜ ਹੋਏ ਤੁਸੀਂ ਮੈਨੂੰ ਦੱਸੋ, ਕੋਈ ਤੁਹਾਡੇ ਰਿਸ਼ਤੇਦਾਰ ਨੇ ਕੋਈ ਹੋਰ ਇੱਥੇ ਰਹਿ ਜਾਂਦਾ ਉੱਥੋਂ ਮੈਨੂੰ ਦੱਸ ਦਿਓ, ਅਸੀਂ ਉਹਨਾਂ ਦਾ ਧਿਆਨ ਉਰੇ ਰੱਖਾਂਗੇ, ਤੁਸੀਂ ਆਪਣਾ ਧਿਆਨ ਰੱਖੋ। ਔਰ ਜੋ ਪੰਜਾਬ ਦੇ ਵਿੱਚ ਤੁਸੀਂ ਸਾਰੇ ਮੇਰੀ ਗੱਲ ਸੁਣ ਰਹੇ ਹੋ, ਤੁਹਾਨੂੰ ਵੀ ਤੁਸੀਂ ਵੀ ਸੁਰੱਖਿਅਤ ਰਹੋ, ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖੋ ਔਰ ਜੋ ਵੀ ਤੁਹਾਨੂੰ ਲੋੜ ਹੈ ਸਾਨੂੰ ਦੱਸੋ। ਮੈਂ ਤੁਹਾਡਾ ਕਈਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਵਿੱਚ ਤੁਸੀਂ ਇਸ ਕਰੋਨਾ ਦੇ ਵਾਸਤੇ ਮਦਦ ਕਰ ਰਹੇ ਹੋ। ਇਹਦੇ ਵਿੱਚ ਸਾਡੇ ਵਜ਼ੀਰ ਸਾਹਿਬਾਨ, ਸਾਡੇ MLA ਸਾਹਿਬਾਨ, ਹਰ ਪਾਰਟੀ ਦੇ MLA ਸਾਹਿਬਾਨ ਆਪਣੀ ਆਪਣੀ ਤਨਖਾਹ ਦੇ ਰਹੇ ਨੇ ਇੱਕ ਮਹੀਨੇ ਦੀਆਂ ਇਸ ਵਾਸਤੇ, ਕਈਆਂ ਨੇ ਸਾਡੇ ਮੁਲਾਜ਼ਮਾਂ ਨੇ ਆਪਣੀ ਆਪਣੀ ਤਨਖਾਹ ਕਟਾ ਕੇ ਪੈਸੇ ਭੇਜ ਰਹੇ ਨੇ। ਔਰ ਅੱਜ ਮੈਂ ਧੰਨਵਾਦੀ ਹਾਂ ਸਾਡੇ ਸ਼੍ਰੋਮਣੀ ਕਮੇਟੀ ਦਾ ਜਿਨ੍ਹਾਂ ਨੇ ਆਪਣੇ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰਾਂ ਨੂੰ ਕਿਹਾ ਕਿ ਸਾਡੇ ਡਿਪਟੀ ਕਮਿਸ਼ਨਰਸ ਨਾਲ ਰਲ ਕੇ ਉਹਨਾਂ ਦੀ ਮਦਦ, ਜੋ ਗਰੀਬਾਂ ਨੂੰ ਰੋਟੀ ਵਗੈਰਾ ਲੰਗਰ ਛਕਾਉਣਾ ਉਹਦਾ ਪ੍ਰਬੰਧ ਕਰਨ। ਇਸ ਤੋਂ ਇਲਾਵਾ ਕਈ ਗੁਰਦੁਆਰੇ ਸਾਹਿਬ ਨੇ ਜੋ ਸ਼੍ਰੋਮਣੀ ਕਮੇਟੀ ਦੇ ਅਧੀਨ ਨਹੀਂ ਹੈ
ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਲੰਗਰਾਂ ਦੇ ਵਿੱਚੋਂ ਗਰੀਬਾਂ ਨੂੰ ਜਿਹੜੇ ਹੈ ਜਿਨ੍ਹਾਂ ਨੂੰ ਰੋਟੀ ਖਾਣ ਦੇ ਕੋਈ ਸਾਧਨ ਨਹੀਂ, ਉਹ ਜੋ ਰੁਜ਼ਗਾਰ ਕਮਾਉਂਦੇ ਨੇ ਔਰ ਫਿਰ ਖਾਂਦੇ ਨੇ, ਉਹਨਾਂ ਨੂੰ ਵੀ ਤੁਸੀਂ ਮਦਦ ਕਰੋ। ਔਰ ਅਖੀਰ ਵਿੱਚ ਬਾਬਾ ਜੀ ਬਿਆਸ ਵਾਲਿਆਂ ਦੇ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਸਾਰਾ ਜਿਹੜਾ ਪ੍ਰਬੰਧ ਹੈ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਸਰਕਾਰਾਂ ਨੂੰ ਦਿੱਤਾ ਹੈ, ਤਾਂ ਕਿ ਉਹਨਾਂ ਦੇ ਵਿੱਚ ਅਗਰ ਕਦੇ ਲੋੜ ਪਵੇ ਉਹਨਾਂ ਦੇ ਜਿਹੜੇ ਸਾਰੇ ਪ੍ਰਬੰਧ ਨੇ ਅਸੀਂ ਇਸਤੇਮਾਲ ਕਰ ਸਕੀਏ ਇਸ ਕਰੋਨਾ 'ਚ। ਔਰ ਨਿਰੰਕਾਰੀ ਸਮਾ ਜਿਹੜੀ ਸੰਪਰਦਾ ਹੈ ਉਹਨਾਂ ਦੇ ਵੀ ਮੈਂ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਵੀ ਮੈਨੂੰ ਇਹੀ ਸੁਨੇਹਾ ਭੇਜਿਆ ਹੋਇਆ। ਤੋ ਅੱਜ ਸਾਰੇ ਇਹ ਇੰਡਸਟਰੀਅਲਿਸਟ ਪੰਜਾਬ ਦੇ, ਚਾਹੇ ਉਹਨਾਂ ਦੀ ਫੈਕਟਰੀਆਂ ਬੰਦ ਹੋ ਗਈਆਂ, ਲੇਕਿਨ ਉਹ ਉਦੋਂ ਆਪਣੇ ਜਿਹੜੇ ਡੇਲੀ ਵੇਜਰ ਨੇ ਉਹਨਾਂ ਨੂੰ ਖਾਣੇ ਦਾ ਵੀ ਪ੍ਰਬੰਧ ਕਰ ਰਹੇ ਨੇ, ਰਹਿਣ ਰਿਹਾਇਸ਼ ਦਾ ਵੀ ਪ੍ਰਬੰਧ ਹੈ, ਔਰ ਨਾਲੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਦਿਹਾੜੀ ਹੈ ਉਹ ਵੀ ਦੇਣ ਨੂੰ ਉਹਨਾਂ ਨੇ ਫੈਸਲਾ ਕੀਤਾ। ਉਹਦੇ ਵਿੱਚ ਟ੍ਰਾਈਡੈਂਟ ਹੈ ਕੰਪਨੀ, ਇੱਕ ਸੋਨਾਲਿਕਾ ਕੰਪਨੀ ਹੈ ਔਰ ਹੋਰ ਕਈ ਨੇ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਇਸ ਕੰਮ ਨੂੰ ਕਰਾਂਗੇ। ਪੂਰੇ ਪੰਜਾਬ ਲਈ ਹੈ ਮੇਰੀ ਅਰਦਾਸ ਹੈ ਔਰ ਸਾਰਿਆਂ ਵਾਸਤੇ ਕਿ ਅਕਾਲ ਪੁਰਖ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖਣ ਔਰ ਤੁਹਾਡੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ।